ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਉਹਨਾਂ ਦੇ ਧੀ ਦੇ ਕਤਲ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਅੱਜ ਬਰੀ ਕਰ ਦਿੱਤਾ ਗਿਆ। ਮੇਰੇ ਨਾਲ ਸੀਨੀਅਰ ਵਕੀਲ ਐਡਵੋਕੇਟ ਵਿਨੋਦ ਕਈ ਨੇ। ਕਈ ਸਾਹਿਬ, ਕੀ ਸੀ ਪੂਰਾ ਮਾਮਲਾ ਔਰ ਕਿਹਨਾਂ ਆਧਾਰ 'ਤੇ ਜਗੀਰ ਕੌਰ ਨੂੰ ਰਾਹਤ ਮਿਲੀ ਹੈ? ਦੇਖੋ, ਇਹਨਾਂ ਨੂੰ ਥੱਲੜੀ ਕਚਹਿਰੀ 'ਚ ਪਹਿਲਾਂ ਕੇਸ ਚੱਲਿਆ ਸੀ। ਉੱਥੇ ਇਹਨਾਂ 'ਤੇ 302 ਦਾ, 201 ਦਾ ਅਤੇ 313 ਦਾ ਕੇਸ ਚੱਲਿਆ ਸੀ। ਥੱਲੇ ਉਹਨਾਂ ਨੂੰ 302 'ਚ ਬਰੀ ਕਰ ਦਿੱਤਾ ਗਿਆ ਸੀ। 5 ਸਾਲ ਸਜ਼ਾ ਲੇਕਿਨ ਕਰ ਦਿੱਤੀ ਗਈ ਸੀ। ਅਸੀਂ ਉਸ ਸਜ਼ਾ ਦੇ ਖਿਲਾਫ਼ ਹਾਈ ਕੋਰਟ ਅਪੀਲਾਂ ਫਾਈਲ ਕੀਤੀਆਂ ਸੀ। CBI ਨੇ ਜਿਹੜਾ ਥੱਲੇ ਬਰੀ ਕੀਤਾ ਸੀ ਅਤੇ ਦੂਜੀ ਕੰਪਲੇਂਟ ਨੇ ਇੱਥੇ ਅਪੀਲਾਂ ਫਾਈਲ ਕੀਤੀਆਂ ਸੀ ਵੀ ਇਹਨਾਂ ਨੂੰ ਬਰੀ ਗਲਤ ਕੀਤਾ। ਅੱਜ ਹਾਈ ਕੋਰਟ ਨੇ ਸਵੇਰੇ ਜਿਹੜਾ ਫੈਸਲਾ ਸੁਣਾਇਆ ਉਹਦੇ ਮੁਤਾਬਕ ਉਹਨਾਂ ਨੇ ਇਹਨਾਂ ਨੂੰ ਜਿਹੜੇ 5 ਸਾਲ ਵਾਲਾ ਸੀ ਉਹਦੇ 'ਚ ਵੀ ਬਰੀ ਕਰ ਦਿੱਤਾ ਅਤੇ CBI ਦੀ ਜਿਹੜੀ ਅਪੀਲਾਂ ਸੀ ਉਹ ਡਿਸਮਿਸ ਕਰ ਦਿੱਤੀ। ਅੱਜ ਜਿਹੜੀ CBI ਦੀ ਦਿੱਲਾਂ ਸੀ ਉਹ 5 ਸਾਲ ਦੀ ਸਜ਼ਾ ਸੀਗੀ, ਕਾਫ਼ੀ ਲੰਮਾ ਇਹ ਮਾਮਲਾ ਚੱਲਿਆ, ਕਿੰਨੇ ਗਵਾਹ ਆ ਰਹੇ, ਕਿਸ ਆਧਾਰ 'ਤੇ ਰਾਹਤ ਮਿਲੀ ਹੈ ਜੀ? ਦੇਖੋ, ਜਿੰਨੇ CBI ਦੇ ਗਵਾਹ ਸੀ, 94 ਦੇ ਕਰੀਬ ਗਵਾਹ ਸੀ ਉਹਨਾਂ ਦੇ, ਸਾਰੇ ਗਵਾਹ ਜਿਹੜੇ ਅਸੀਂ ਪੜ੍ਹੇ ਗਏ ਕੋਰਟ ਦੇ ਵਿੱਚ, ਇੱਕ ਐਵੀਡੈਂਸ ਜਿਹੜਾ ਦੇਖਿਆ ਗਿਆ, ਡਿਫੈਂਸ ਦੇ ਗਵਾਹ ਪੜ੍ਹੇ ਗਏ, ਸਾਰਾ ਕੁਝ ਆਰਗੂ ਹੋਇਆ ਦੋਨਾਂ ਧਿਰਾਂ ਵੱਲੋਂ। ਉਸ ਤੋਂ ਬਾਅਦ ਕੇਸ ਦਾ ਫੈਸਲਾ ਆਇਆ।